ਕੈਮਿਸਟਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ। ਰਾਜਪੁਰਾ ਦੇ ਕੈਮਿਸਟਾਂ ਨੇ ਆਪਣੇ ਸਾਥੀ ਕੈਮਿਸਟ ਉੱਪਰ ਪੁਲਿਸ ਵੱਲੋਂ ਝੂਠਾ ਪਰਚਾ ਦਰਜ ਕਰਨ ਦੇ ਰੋਸ ਵਜੋਂ ਬੀਤੀ ਰਾਤ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਤੇ ਧਰਨਾ ਦਿੱਤਾ। ਇਸ ਸੰਬੰਧੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਗਨਨਾਥ ਗੁਪਤਾ ਨੇ ਦੱਸਿਆ ਕਿ ਉਹਨਾਂ ਦੇ ਸਾਥੀ ਕੈਮਿਸਟ ਨੂੰ ਪੁਲਿਸ ਨੇ ਪਰਚਾ ਦਰਜ ਕਰਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ, ਜਦਕਿ ਡਰੱਗ ਇੰਸਪੈਕਟਰ ਵੱਲੋਂ ਤਲਾਸ਼ੀ ਲੈਣ ਦੇ ਬਾਵਜੂਦ ਉਸ ਦੀ ਦੁਕਾਨ ਤੋਂ ਕੋਈ ਵੀ ਇਤਰਾਜ਼ਯੋਗ ਦਵਾਈ ਨਹੀਂ ਫੜੀ ਗਈ। ਇਹ ਆਪਣਾ ਇੱਕ ਸਾਡੇ ਕਮਿਸ਼ਨਰ ਦਾ ਭਾਈ ਹੈ ਹੈਪੀ ਗੱਜੂਗੇੜੇ ਤੋਂ। ਉਹਦੇ ਝੂਠਾ ਪਰਚਾ ਦਰਜ ਹੋ ਰਿਹਾ ਸੀਗਾ, ਪੰਜਾਬ ਪੁਲਿਸ ਝੂਠਾ ਪਰਚਾ ਦਰਜ ਕਰ ਰਿਹਾ ਸੀ NDPS ਐਕਟ ਅਧੀਨ, ਜਦਕਿ ਉਸ ਕੋਲੋਂ ਕੁਛ ਬਰਾਮਦ ਨਹੀਂ ਹੋਇਆ ਹੈਗਾ। ਜਿਹੜਾ ਕੁਛ ਬਰਾਮਦ ਹੋਇਆ ਉਹਦੇ ਰਿਲੇਟਡ ਜੋ ਸਾਡਾ DI ਡਿਪਾਰਟਮੈਂਟ ਸੀਗਾ, ਡਰੱਗ ਆਪਣਾ ਸਿਹਤ ਵਿਭਾਗ, ਉਹਨਾਂ ਨੇ ਆਪਣੀ ਕਾਰਵਾਈ ਕਰ ਲਈ ਸੀਗੀ, ਪਰ ਇਹਨੂੰ ਧੱਕੇ ਤੋਂ ਜ਼ਬਰਦਸਤੀ ਗ੍ਰਿਫ਼ਤਾਰ ਕਰਿਆ। ਗ੍ਰਿਫ਼ਤਾਰ ਕਰਕੇ ਇਹਨੂੰ ਜੇਲ੍ਹ ਆਪਣਾ ਥਾਣੇ ਬੁਲਾਇਆ ਗਿਆ, ਅਰੈਸਟ ਪਾ ਤੀ, ਔਰ ਝੂਠਾ ਹੀ ਪਰਚਾ ਦਰਜ ਹੈ ਉਹਦੇ ਆਪਣਾ ਵਿਰੋਧ ਚ। ਅਸੀਂ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਪਹਿਲਾਂ ਮਿੰਤਦਾਰੀ ਕਰੀ, ਕੁਝ ਨੀ ਮੰਨਿਆ, ਹੁਣ ਉਸ ਤੋਂ ਬਾਅਦ ਅਸੀਂ ਆਪਣਾ ਇਹ ਹਾਈਵੇ ਜਾਮ ਕੀਤਾ। ਸਮੂਹ ਕੈਮਿਸਟਾਂ ਨੇ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕੈਮਿਸਟਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ ਨੈਸ਼ਨਲ ਹਾਈਵੇ ਉੱਪਰ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਰਕੇ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਨੂੰ ਦੇਖਦੇ ਹੋਏ ਪੁਲਿਸ ਨੇ ਦਖਲ ਅੰਦਾਜ਼ੀ ਕਰਕੇ ਧਰਨਾ ਹਟਾਉਂਦੇ ਹੋਏ ਆਵਾਜਾਈ ਬਹਾਲ ਕੀਤੀ। ਇਸ ਸੰਬੰਧੀ SHO ਥਾਣਾ ਸਦਰ ਰਾਜਪੁਰਾ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਕੈਮਿਸਟ ਕੋਲੋਂ ਇਤਰਾਜ਼ਯੋਗ ਦਵਾਈਆਂ ਫੜੀਆਂ ਗਈਆਂ ਸਨ। ਇੰਜੈਕਸ਼ਨ ਡਰੱਗ ਇੰਸਪੈਕਟਰ ਕਾਰਵਾਈ ਕਰਤੀ ਆਪਣੀ ਨਸ਼ੀਲੇ ਟੀਕੇ ਸੀ, ਕਿਉਂ ਆਪਾਂ ਦੂਜਾ ਕਰੀ ਜਾਂਦੇ? ਉਹਨਾਂ ਕੋਲ